ਲੋਕ ਸਭਾ ਚੋਣਾਵਾਂ 'ਚ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ, ਗਰਮੀ ਵੀ ਜ਼ੋਰਾਂ 'ਤੇ ਹੈ, ਲੇਕਿਨ ਅਸੀਂ ਇਹ 'ਚ ਪੰਜਾਬ ਹਰਿਆਣਾ ਹਾਈਕੋਰਟ 'ਚ ਖੜ੍ਹੇ ਹਾਂ ਔਰ ਵਕੀਲ ਵੀ ਵੋਟਰ ਨੇ, ਲੇਕਿਨ ਅੱਜ ਜਿਹੜੇ ਇੱਥੇ ਸ਼ਖਸ ਪਹੁੰਚੇ ਨੇ ਉਹ ਵਕੀਲ ਵੀ ਨੇ ਲੇਕਿਨ ਉਮੀਦਵਾਰ ਦੇ ਤੌਰ 'ਤੇ ਪਹੁੰਚੇ ਨੇ। ਜੀ ਹਾਂ, ਮਲਵਿੰਦਰ ਕੰਗ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਕੈਂਡੀਡੇਟ ਨੇ। ਮਲਵਿੰਦਰ ਜੀ, ਅੱਜ ਵਕੀਲ ਦੇ ਤੌਰ 'ਤੇ ਨਹੀਂ, ਅੱਜ ਤੁਸੀਂ ਇੱਕ ਰਾਜਨੇਤਾ ਤੌਰ 'ਤੇ ਉਮੀਦਵਾਰ ਤੌਰ 'ਤੇ ਪਹੁੰਚੇ ਹੋ, ਕਿਵੇਂ ਦਾ ਅੱਜ ਵੱਖਰਾ ਲੱਗ ਰਿਹਾ? ਦੇਖੋ, ਅੱਜ ਜਿਹੜੀ ਸਾਡੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਬਾਰ ਹੈ, ਉਹਦੇ ਸਾਰੀ ਜਿਹੜੀ ਸਾਡੀ ਲੀਗਲ ਫੈਕਲਟੀ ਆ ਉਹਨਾਂ ਨਾਲ ਰੂਬਰੂ ਹੋਏ ਹਾਂ, ਗੱਲਬਾਤ ਕੀਤੀ ਹੈ ਔਰ ਰਿਕੁਐਸਟ ਕੀਤੀ ਹੈ। ਬੇਸਿਕਲੀ ਜਿਹੜੇ ਰੀਅਲ ਸੈਂਸ ਜਿਹੜੇ ਕੰਸਟੀਟਿਊਸ਼ਨ ਦੇ ਪ੍ਰੋਟੈਕਟ ਹੀ ਹੈ ਉਹ ਸਾਡੇ ਐਡਵੋਕੇਟ ਹੈ ਰੀਅਲ ਸੈਂਸ। ਔਰ ਅੱਜ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਆਮ ਆਦਮੀ ਪਾਰਟੀ, ਜੋ ਮਾਨ ਸਾਹਿਬ ਔਰ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ, ਬੇਸਿਕਲੀ ਉਹ ਦੇਸ਼ ਦੇ ਕੰਸਟੀਟਿਊਸ਼ਨ ਨੂੰ ਔਰ ਲੋਕਸ਼ਾਹੀ ਨੂੰ ਬਚਾਉਣ ਦੀ ਹੈ। ਸੋ ਬੜਾ ਅੱਛਾ ਰਿਸਪੋਂਸ ਸੀ ਔਰ ਕਿਸੇ ਟਾਈਮ ਮੈਂ ਵੀ ਖੁਦ ਇੱਥੇ ਬਤੌਰ ਐਡਵੋਕੇਟ ਕੰਮ ਕਰਦਾ ਰਿਹਾ ਹੈ, ਤਾਂ ਸੁਭਾਵਿਕ ਤੌਰ 'ਤੇ ਇੱਕ ਅਟੈਚਮੈਂਟ ਤਾਂ ਹੁੰਦੀ ਹੈ, ਅਦਰਵਾਈਜ਼ ਵੀ ਕਿਉਂਕਿ ਇਹ ਬੜੀ ਕੌਨਸ਼ੀਅਸ ਕਮਿਊਨਿਟੀ ਹੈ ਐਡਵੋਕੇਟਸ, ਔਰ ਉਹਨਾਂ ਦਾ ਬੜਾ ਅੱਛਾ ਰਿਸਪੋਂਸ ਸੀ ਔਰ ਉਹ ਚਾਹੁੰਦੇ ਆ ਕਿ ਦੇਸ਼ ਦਾ ਜਿਹੜਾ ਸੰਵਿਧਾਨ ਹੈ ਔਰ ਜਿਹੜਾ ਡੈਮੋਕ੍ਰੈਟਿਕ ਸਟਰਕਚਰ ਹੈ ਬਰਕਰਾਰ ਰਹਿਣਾ ਚਾਹੀਦਾ ਔਰ ਜਿਹੜਾ ਤਾਨਾਸ਼ਾਹੀ ਵੱਲ ਮੁਲਕ ਵੱਧ ਰਿਹਾ ਇਹ ਰੁਕਣਾ ਚਾਹੀਦਾ। ਥੋੜ੍ਹੇ ਦਿਨ ਪਹਿਲਾਂ ਸੁਖਪਾਲ ਖਹਿਰਾ ਦਾ ਬਿਆਨ ਕਾਫੀ ਚਰਚਾ 'ਚ ਆਇਆ ਪ੍ਰਵਾਸੀ ਲੋਕਾਂ ਨੂੰ ਲੈ ਕੇ, ਕਾਂਗਰਸ ਨੇ ਕਿਨਾਰਾ ਵੀ ਕੀਤਾ, ਚੰਡੀਗੜ੍ਹ ਦੀ ਗੱਲ ਕਰੀਏ, ਦਿੱਲੀ ਦੀ ਗੱਲ ਕਰੀਏ, ਇੰਡੀਆ ਅਲਾਇੰਸ ਵੀ ਹੈ ਪੰਜਾਬ 'ਚ ਵੱਖ ਵੱਖ ਨੇ, ਕਿਵੇਂ ਦੇਖਦੇ ਹੋ ਤੁਸੀਂ ਬਿਆਨ? ਸੁਖਪਾਲ ਖਹਿਰਾ ਵੈਸੇ ਵੀ ਅਲੂਲ ਜਲੂਲ ਬਿਆਨਾਂ ਲਈ ਜਾਣਿਆ ਜਾਂਦਾ ਹੈ, ਨਵੀਂ ਗੱਲ ਨਹੀਂ। ਫਰਨੀਟੀ ਬਹੁਤ ਵੱਡੀ ਹੈ ਵਕੀਲਾਂ ਦੀ ਵੀ, ਇਸ਼ੂਜ਼ ਇਹਨਾਂ ਨੇ ਵੀ ਹੈਗੇ ਨੇ, ਬਾਹਰ ਦੇ ਵੀ ਇਸ਼ੂਜ਼ ਬਹੁਤ ਹੁੰਦੇ ਨੇ ਹਰੇਕ ਥਾਵਾਂ 'ਤੇ, ਉਸ ਚੀਜ਼ ਨੂੰ ਰਿਲੇਟ ਕਰਦੇ ਹੋ? ਹਾਂ, ਇਸ਼ੂ ਸਭ ਤੋਂ ਵੱਡਾ ਤਾਂ ਇਹ ਹੈ ਜਿਹੜੇ ਸਾਡੇ ਨਿਊ ਕਮਰਸ ਹੈ, ਨਵੇਂ ਐਡਵੋਕੇਟਸ ਹੈ, ਉਹਨਾਂ ਨੂੰ ਜਿਹੜੀ ਚੈਂਬਰਸ ਦੀ ਬੜੀ ਵੱਡੀ ਦਿੱਕਤ ਹੈ ਔਰ ਉਹਦੇ ਲਈ ਕੋਈ ਪ੍ਰਪੋਜ਼ਲ ਜਿਹੜਾ ਹੈ ਉਹ ਬਣਨਾ ਚਾਹੀਦਾ। ਬਾਰ ਐਸੋਸੀਏਸ਼ਨ ਦੇ ਕੁਛ ਹੈ ਸਾਡੇ ਕੋਲ ਔਰ ਕਿਉਂਕਿ ਐਮ ਪੀ ਕੋ ਵੀ ਐਮ ਪੀ ਲੈਡ ਫੰਡ ਔਰ ਤਮਾਮ ਤਰ੍ਹਾਂ ਦੇ ਤਰੀਕਾਕਾਰ ਹੈ ਫੰਡਿੰਗ ਦੇ, ਸੋ ਡੈਫੀਨੇਟਲੀ ਜਿਹੜੀਆਂ ਇਹਨਾਂ ਦੇ ਮੇਰੇ ਕੋਲ ਕੁਛ ਚੀਜ਼ਾਂ ਇਹਨਾਂ ਨੇ ਰੱਖੀਆਂ ਹੈ। ਅਦਰਵਾਈਜ਼ ਵੀ ਬਹੁਤ ਸਾਰੇ ਇਸ਼ੂਜ਼ ਹੈ ਲੀਗਲ ਫਰਟਨਿਟੀ ਦੇ, ਉਹਨਾਂ ਦੇ ਰੈਸੀਡੈਂਸ ਨੂੰ ਲੈ ਕੇ ਜਿੱਦਾਂ ਪੰਜਾਬ ਸਰਕਾਰ ਕੋ ਕੁਛ ਰਿਕੁਐਸਟ ਵਕੀਲਾਂ ਨੇ ਕੀਤੀ ਹੈ, ਜਿੱਦਾਂ ਚੰਡੀਗੜ੍ਹ 'ਚ ਐਡਵੋਕੇਟ ਸੁਸਾਇਟੀਆਂ ਦੇ ਨਾਂ 'ਤੇ ਜ਼ਮੀਨਾਂ ਪਹਿਲਾਂ ਅਲੋਟ ਹੋਈਆਂ, ਨਿਊ ਕਮਰਸ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਮੋਹਾਲੀ ਔਰ ਖਰੜ ਦੇ ਏਰੀਏ 'ਚ ਕੁਛ ਇਹਨਾਂ ਰੈਜੀਡੈਂਸ ਏਰੀਏ ਲਈ ਜ਼ਮੀਨ ਜਾਂ ਪਲਾਟ ਦਿੱਤੇ ਜਾਣ ਤਾਂ ਕਿ ਇਹਨਾਂ ਨੂੰ ਰਹਿਣ ਲਈ ਇੱਕ ਪ੍ਰੋਪਰ ਜਗ੍ਹਾ 'ਤੇ ਹੋਵੇ। ਨਿਊ ਕਮਰ ਦੀ ਗੱਲ ਕੀਤੀ, ਤੁਸੀਂ ਐਜ਼ ਏ ਨਿਊ ਕਮਰ ਕੈਂਡੀਡੇਟ ਹੈ, ਆਪਣਾ ਮੁਕਾਬਲਾ ਕਿਹਦੇ ਨਾਲ ਦੇਖਦੇ ਹੋ? ਔਰ ਦੂਜੀ ਗੱਲ ਹੈ ਕਿ ਕੁਛ ਦਿਨ ਰਹਿ ਗਏ ਨੇ, ਇੱਕ ਨੂੰ ਵੋਟਾਂ 'ਤੇ ਚਾਰ ਨੂੰ ਨਤੀਜੇ ਆ ਜਾਣਗੇ, ਮਲਵਿੰਦਰ ਕੰਗ ਇੱਕ ਬੁਲਾਰਾ ਬਹੁਤ ਵਧੀਆ ਔਰ ਬੁਲੰਦ ਆਵਾਜ਼, ਲੇਕਿਨ ਲੋਕ ਸਭਾ ਚੋਣਾਂ ਜਦੋਂ ਲੋਕਾਂ ਦੇ ਮੱਥੇ ਲੱਗਣਾ ਪੈਂਦਾ, ਲੋਕਾਂ ਦੀ ਐਂਟੀ ਇਨਕਮੈਂਸੀ ਵੀ ਝੇਲਣੀ ਪੈਂਦੀ ਹੈ, ਇਸ਼ੂਜ਼ ਕੀ ਲੱਗਿਆ ਮਲਵਿੰਦਰ ਕੰਗ ਨੂੰ ਅਨੰਦਪੁਰ ਸਾਹਿਬ ਹਲਕੇ 'ਚ? ਦੇਖੋ, ਅਸੀਂ ਤਾਂ ਤਕਰੀਬਨ 2.5 ਮਹੀਨੇ ਤੋਂ ਘੁੰਮ ਰਹੇ ਹਾਂ, 2 ਅਪ੍ਰੈਲ ਨੂੰ ਮੇਰੀ ਟਿਕਟ ਅਨਾਊਂਸ ਹੋਈ ਸੀ ਔਰ ਤਕਰੀਬਨ 4-5 ਵਾਰ ਮੈਂ ਹਰ ਇੱਕ ਵਿਧਾਨ ਸਭਾ ਜਾ ਆਇਆ। ਲੋਕ ਭਗਵੰਤ ਮਾਨ ਜੀ ਦੀ ਜਿਹੜੀ ਸਰਕਾਰ ਦੇ 2 ਸਾਲ ਦੇ ਕੰਮ ਹੈ ਨਾ, ਚਾਹੇ ਉਹ 43,000 ਸਰਕਾਰੀ ਜੋਬਸ ਹੈ ਵਿਦਆਊਟ ਰਿਸ਼ਵਤ, 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ, ਇਕਨੋਮਿਕ ਰਿਲੀਫ ਹੈ, ਫਿਰ ਕਿਸਾਨਾਂ ਨੂੰ ਨਹਿਰੀ ਪਾਣੀ ਔਰ ਨਿਰਵਿਘਨ ਬਿਜਲੀ ਨਾਲ ਕਿਸਾਨਾਂ ਦਾ 2-2.5 ਲੱਖ ਰੁਪਇਆ ਸਾਲ ਦਾ ਬਚਿਆ ਹੈ। ਔਰ ਲੋਕਾਂ ਨੇ ਰਿਕਾਰਡ 'ਚ ਕੈਮਰੇ 'ਤੇ ਕਿਹਾ ਮੈਨੂੰ ਕਿ ਸਾਡੇ 'ਤੇ ਜਨਰੇਟਰਾਂ ਨੂੰ ਜੰਗ ਲੱਗ ਗਏ। ਸੋ ਇਕਨੋਮਿਕ ਮਹਿੰਗਾਈ ਦਾ ਸਥਾਨ ਹੈ, ਇਕਨੋਮਿਕ ਰਿਲੀਫ ਦੇਣਾ ਟਰਾਂਸਪੇਰੈਂਸੀ ਨਾਲ ਔਰ ਜਿਹੜੀ ਜੋਬਸ ਹੈ ਗੌਰਮੈਂਟ ਜੋਬ ਮੈਰਿਟ 'ਤੇ ਦੇਣਾ, ਇਹ ਸਰਕਾਰ ਦੀ ਵੱਡੀ ਉਪਲਬਧੀ ਹੈ ਔਰ 90% ਲੋਕਾਂ ਦਾ ਬਿੱਲ ਜ਼ੀਰੋ ਹੈ, ਇਹ ਵੀ ਵੱਡਾ ਮੁੱਦਾ ਹੈ। ਟੋਲ ਪਲਾਜ਼ੇ ਬੰਦ ਹੋਏ ਆ,
ਸੋ ਤਮਾਮ ਕੰਮ ਭਗਵੰਤ ਮਾਨ ਜੀ ਨੇ ਕੀਤੇ ਆ ਜਿਹਦੇ ਨਾਲ ਲੋਕ ਕਿਤੇ ਨਾ ਕਿਤੇ ਸੰਤੁਸ਼ਟ ਹੈ। ਔਰ ਲੋਕ ਇਹ ਕਹਿੰਦੇ ਆ ਵੀ ਠੀਕ ਹੈ ਉਹਨਾਂ ਨੇ 70-75 ਸਾਲ ਰਹੇ, ਹਜੇ ਬਹੁਤ ਸਾਰੇ ਕੰਮ ਕਰਨ ਵਾਲੇ ਵੀ ਆ, ਲੇਕਿਨ ਜਿੰਨਾ ਭਗਵੰਤ ਮਾਨ ਜੀ ਨੇ ਕੀਤਾ ਆ ਉਹ ਬਾਕੀ ਨਾਲੋਂ ਬਹੁਤ ਬਿਹਤਰ ਹੈ ਔਰ ਲੋਕਾਂ ਨੂੰ ਮਾਨ ਸਾਹਿਬ 'ਤੇ ਬਹੁਤ ਭਰੋਸਾ ਹੈ। ਔਰ ਲੋਕ ਇਹ ਵੀ ਸੋਚਦੇ ਆ ਵੀ ਪਾਰਲੀਮੈਂਟ 'ਚ ਵੀ ਉਹ ਲੋਕਾਂ ਨੂੰ ਭੇਜੀਏ ਇਸ ਵਾਰ, ਜਿਹੜੇ ਦੇਸ਼ ਦੇ ਡੈਮੋਕ੍ਰੈਟਿਕ ਸਟਰਕਚਰ ਨੂੰ ਬਚਾਉਣ, ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜਨ ਔਰ ਆਪਣੇ ਸੂਬਿਆਂ ਦੀ ਗੱਲ ਕਰਨ। ਡੰਮੀ ਬੰਦੇ ਲੋਕਾਂ ਨੇ ਨਹੀਂ ਭੇਜਣੇ ਇਸ ਵਾਰ, ਲੋਕਾਂ ਨੇ ਬੋਲਣ ਵਾਲੇ ਬੰਦੇ ਭੇਜਣੇ ਆ। ਮੁਕਾਬਲਾ ਕਿਹਦੇ ਨਾਲ ਦੇਖਦੇ ਹੋ ਆਪਣਾ? ਦੇਖੋ ਮੁਕਾਬਲੇ ਦੀ ਜੇ ਗੱਲ ਕਰੀਏ, ਇਹਨਾਂ ਨੇ ਤੇ ਕੱਲ੍ਹ ਬੀਜੇਪੀ ਕਾਂਗਰਸ ਨੇ ਤੇ ਖਾਨਾ ਪੂਰਤੀ ਕੀਤੀ ਆ, ਐਨ ਮਤਲਬ ਅਖੀਰ ਸਮੇਂ 'ਤੇ ਜਦੋਂ ਕੋਈ ਕੈਂਡੀਡੇਟ ਨਹੀਂ ਮਿਲਿਆ ਇੱਕ ਅੱਧਾ ਭੇਜਤਾ, ਉਦੋਂ ਨੂੰ ਅਸੀਂ 4-4 ਗੇੜੇ ਮਾਰ ਲਏ ਸੀ ਅਤੇ ਜਦੋਂ ਨੂੰ ਇਹਨਾਂ ਨੂੰ ਸੜਕਾਂ ਬਦਲੀਆਂ ਉਦੋਂ ਨੂੰ ਤੁਹਾਡੀ ਇਲੈਕਸ਼ਨ ਆ ਜਾਣੀ, ਵੋਟਾਂ ਪੈ ਜਾਣੀਆਂ। ਵੀ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਹੈ ਉਹਦੀ ਕ੍ਰੈਡੀਬਿਲਟੀ ਕੋਈ ਨਹੀਂ ਹੈ, ਕਿਉਂਕਿ ਇਹਨਾਂ ਨੇ ਪੰਥ ਦਾ ਬਹੁਤ ਨੁਕਸਾਨ ਕੀਤਾ। ਔਰ ਇਹ ਪੁਰਾਣੇ ਕਿਸੇ ਪਿੱਟੇ ਚਿਹਰੇ ਜਿਨ੍ਹਾਂ ਨੇ ਬਹੁਤ ਸੱਤਾ ਹੰਢਾਈ, ਪੰਜਾਬ ਦਾ ਕਦੀ ਭਲਾ ਨਹੀਂ ਕੀਤਾ ਔਰ ਪੰਜਾਬ 'ਤੇ ਕਰਜ਼ੇ ਚੜਾਏ, ਆਪਣੇ ਸਰਮਾਏ ਬਣਾਏ, ਇਹਨਾਂ ਤੋਂ ਲੋਕ ਅੱਕ ਗਿਆ। ਔਰ ਲੋਕਾਂ ਨੇ ਮੈਨੂੰ ਲੱਗਦਾ ਹੈ ਵੀ 13 ਦੀਆਂ 13 ਸੀਟਾਂ ਮਾਨ ਸਾਹਿਬ ਦੀ ਝੋਲੀ 'ਚ ਪਾਉਣੀਆਂ। ਔਰ ਮੈਨੂੰ ਵੀ ਮੈਨੂੰ ਪੂਰੀ ਜਿਨ੍ਹਾਂ ਨੇ ਮੈਨੂੰ ਰਿਸਪੋਂਸ ਮਿਲਿਆ, ਲੋਕ ਮੈਨੂੰ ਵੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਸ਼ੀਰਵਾਦ ਦੇਣ। ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ। ਇਹ ਸੀਗੇ ਮਲਵਿੰਦਰ ਕੰਗ, ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚੇ ਨੇ ਵੋਟ ਦੀ ਅਪੀਲ ਕਰਨ ਲਈ, ਕਿਉਂਕਿ ਵੱਡੇ ਜਿਹੜਾ ਇੱਕ, ਕਿਉਂਕਿ ਖੁਦ ਵਕੀਲ ਨੇ ਔਰ ਵਕੀਲ ਬਰਾਦਰੀ ਨੂੰ ਅਪੀਲ ਕਰਨ ਪਹੁੰਚੇ ਨੇ, ਕਿਉਂਕਿ ਵਕੀਲ ਵੀ ਇੱਕ ਮਤਦਾਤਾ ਦਾ ਰੋਲ ਪਲੇ ਕਰਨਗੇ 1 ਤਰੀਕ ਨੂੰ। ਔਰ ਇਹ ਦੇਖਣਾ ਹੋਏਗਾ ਕਿ 4 ਜੂਨ ਨੂੰ ਜਦੋਂ ਨਤੀਜੇ ਆਉਣਗੇ ਕੌਣ ਸੱਤਾ ਦੇ ਸਿਆਣੇ ਬੈਠੇਗਾ, ਕਿਹਨੂੰ ਲੋਕ ਚੁਣ ਕੇ ਭੇਜਦੇ ਨੇ। ਵੀਡੀਓ ਜਰਨਲਿਸਟ ਸਨੀ ਸਿੱਧੂ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18 ਚੰਡੀਗੜ੍ਹ।